ਖੂਨ ਵਿੱਚ ਅਜੀਬ ਸੁਨਸ ਕਵਰ ਕਰ ਰਹੇ ਦੋਨੇ ਭੈਣਾਂ ਨੇ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਕਰ ਦਿੱਤੀਆਂ ਇੱਕ ਦੂਜੇ ਨਾਲ ਇੱਕ ਭੈਣ ਦਾ ਬੱਚਾ ਲੜਕਾ ਹੈ ਦੂਜੀ ਭੈਣ ਦਾ ਲੜਕਾ ਜਿਹੜਾ ਹੈ ਉਹ ਬੱਚਾ ਜਿਹੜਾ ਲੜਕੀ ਹੈ ਔਰ ਇਹ ਹੁਣ ਮਾਸੀਆਂ ਕਹਿਣ ਜਾਂ ਫਿਰ ਇਹ ਆਈ ਡੋਂਟ ਨੋ ਕੁੜਮਣੀਆਂ ਕਹਿਣ ਜਾਂ ਭੈਣਾਂ ਕਹਿਣ ਰੱਬ ਰਾਖਾ ਆਈ ਡੋਂਟ ਨੋ ਕਿ ਸਾਡੇ ਸਮਾਜ ਦੇ ਵਿੱਚ ਕੀ ਹੋ ਰਿਹਾ ਪਰ ਕੁਲਵਿੰਦਰ ਕੌਰ ਸੱਚ ਕਹਿੰਦੇ ਬੋ ਰਹੀ ਹੈ ਦੂਜੇ ਪਾਸੇ ਸਰਬਜੀਤ ਛੋਟਾ ਰਾਮ ਨਾਲ ਸਾਹਿਬ ਵੀ ਹੈ ਆਪਣੇ ਕੁਲਵਿੰਦਰ ਜਿਹੜੀ ਸਰਬਜੀਤ ਤੁਹਾਡੀ ਕੁੜਮਣੀ ਹੈ ਤੁਹਾਡੀ ਭੈਣ ਹੈ ਇਹ ਤੁਹਾਡੇ ਤੋਂ ਛੋਟੀ ਉਮਰ ਦੇ ਵਿੱਚ कुलविंदर कौर कनेडा करके अपने रिश्ते नाम करता अपने मुंडे का भैन विआह करवाता है ना पर हम चल जो हम जो अजकल लोग देखते नहीं है कि कनेडा आने करते देखो वीर जी किन्नी अपने रिश्ते धज्जिया उड़ाते जता इन्होंने लोगों ने लड़की का मामा वा ना उस वक्त साइड लैन डे क्योंकि जेडी छब्बी है ना अपने ब्रदर भी नहीं गल कर डजंट मैटर गल कर दी नहीं गल कर दी आई डोंट केयर गॉड डैम आई डू केयर कि थोड़े सके मामे दी कुड़ी आ हां जी सर सके मामे भूआ दी कुड़ियां आ हां जी सर ओ माय गॉड स्ट्रेंज नंबर बंद आ रहा छब्बी दा हो सकदा छब्बी जनवरी नु नंबर खुले है आई डोंट नो ਹਾਂਜੀ ਆਪਣੇ ਭੈਣ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਬੋਲੋ ਭਾਜੀ ਹੁਣ ਇੱਕ ਬੰਦਾ ਕਹਿ ਵੀ ਕੀ ਸਕਦਾ ਇਹਨਾਂ ਨੂੰ ਹਨਾ ਦੇਖੋ ਜੋ ਇਹਨਾਂ ਨੇ ਕੀਤਾ ਉਹ ਤਾਂ ਗਲਤ ਵੀ ਕੀਤਾ ਹੈਗਾ ਪਰ ਹੁਣ ਇਹ ਵੀ ਤਾਂ ਸੱਚ ਵੀ ਬੋਲ ਸਕਦੇ ਆ ਜਾਂ ਤਾਂ ਕੁੜੀ ਨੂੰ ਤੁਸੀਂ ਹੁਣ ਆਪ ਲੈ ਕੇ ਆਓ ਨਾ ਲਾਈਨ ਅਸੀਂ ਲਿਆ ਰਹੇ ਹਾਂ ਕੁੜੀ ਜੀ ਅੱਜ ਨਾ ਕੱਲ ਨੂੰ ਆਗੀ ਔਰ ਅਸੀਂ ਕੋਸ਼ਿਸ਼ ਕਰਾਂਗੇ ਹੁਣ ਸਮਨਪ੍ਰੀਤ ਕੌਰ ਸਾਡੀ ਸਤਿਕਾਰਯੋਗ ਧੀ ਹੈ ਉਹ ਦੱਸੇਗੀ ਸੱਚ ਕੀ ਹੈ ਕਿਉਂਕਿ ਉਹਦਾ ਪੇ ਹੋਰ ਹੈ ਅਤੇ ਮਾਂ ਜਿਹੜੀ ਹੈ ਉਹ ਰੀਅਲ ਹੈ ਹਾਂਜੀ ਨੰਬਰ 3 ਕਾਲਰ ਪੀਸ ਨੰਬਰ 3 ਕਾਲਰ हेलो बसी साहब पहले तो माघी दी बहुत बहुत वधाई तुहानू जी मैं एक गल कहनी चाहना तुहानू जिदा तुसी गल कही हैगी है मैं तुहाडा शो बड़ा 22 साल तो फॉलो करदा मैं कि बड़ी बड़ी शर्मनाक गल हुंदी है कि एक कजन दे विच मैरिज हो जाए और मतलब साडे दा दो दो तीन तीन जनरेशन पहला तो देखे जांदा कि अपने कोई गोत सेम ना होवे या कुछ ना होवे लेकिन इमिग्रेशन फ्रॉड है बेसिकली जो मैं समझदा हैगा और जो तुसी गल कही है मैं एक तुहानू रिक्वेस्ट करूंगा प्लीज तुसी इन्ने सूझवान बंदे हो सिद्धू साहब अपने सूझवान बंदे तुहाडी टीम अच्छी है कि कम से कम जिहड़ी अपनी ना प्रोफाइलिंग कर लिया करो इन्हां लोगों की बिफोर इनिशिएटिंग दी होल प्रोसीडिंग्स ताकि जेड़ा एयर टाइम जेड़ा हैगा वो वेस्ट ना होए इट शुड बी मोर मीनिंगफुल मैं आही तुहानू रिक्वेस्ट करूंगा हाथ जोड़ के थैंक यू सो मच फॉर योर एडवाइस थैंक यू नंबर 4 कॉलर प्लीज ਹਾਂਜੀ ਬਾਸੀ ਸਾਹਿਬ ਵਰਿੰਦਰ ਜੱਜ ਬੋਲ ਰਹੇ ਜੀ ਕੈਲੀਫੋਰਨੀਆ ਤੋਂ ਜੀ ਜੱਜ ਸਾਹਿਬ ਤੁਸੀਂ ਤੁਹਾਡੀ ਜੱਜਮੈਂਟ ਕੀ ਹੈ ਕੀ ਹੋ ਰਿਹਾ ਦੁਨੀਆ ਚ ਕਮ ਔਨ ਬੇਬੀ ਹਾਂਜੀ ਬਾਸੀ ਸਾਹਿਬ ਮਾੜੀ ਜੀ ਭੈਣ ਜੀ ਨਾਲ ਗੱਲ ਕਰਾਉਂਗੇ ਮੇਰੀ ਹਾਂਜੀ ਕਰ ਉੱਚੀ ਗੱਲ ਕਰੋ ਕੁਲਵਿੰਦਰ ਕੌਰ ਜੀ ਸੱਚ ਬੋਲ ਰਹੇ ਨੇ ਕੁਲਵਿੰਦਰ ਕੌਰ ਸਤਿਕਾਰਯੋਗ ਨੇ ਸਾਡੇ ਹਾਂਜੀ ਬਿਲਕੁਲ ਸੱਚੇ ਨੇ ਜੀ ਹਾਂਜੀ ਬੋਲੋ ਪੁੱਛਣਾ ਸੀ ਭੈਣ ਜੀ ਨੂੰ ਮਾੜੇ ਜਾਂ ਵੀ ਇਹ ਪਾਕਿਸਤਾਨ ਤੋਂ ਹੈਗੇ ਆ ਇਹਨਾਂ ਦੇ ਕੋਈ ਰਿਸ਼ਤੇਦਾਰ ਪਹਿਲਾਂ ਇਹ ਪਾਕਿਸਤਾਨ ਤੋਂ ਤਾਂ ਨਹੀਂ ਆਏ ਇਹ ਬਾਸੀ ਸਾਹਿਬ ਜਿਹੜਾ ਇਹਨਾਂ ਨੇ ਕੰਮ ਕੀਤਾ ਇਹ ਪਾਕਿਸਤਾਨ ਤੇ ਭੈਣ ਤੇ ਭਰਾ ਦਾ ਵਿਆਹ ਕਰ ਦਿੰਦੇ ਹੈਗੇ ਆ ਤੇ ਨਾਲੇ ਇਹਨਾਂ ਨੂੰ ਪੁੱਛੋ ਕੱਲ ਨੂੰ ਜਵਾਕ ਹੋਊਗਾ ਉਹ ਪੋਤੇ ਹੋਊਗੇ ਜਾਂ ਇਹਨਾਂ ਦੇ ਮੁੰਡਾ ਹੋਊਗਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਇਹਨਾਂ ਦਾ ਵੀ ਇਹ ਕੀ ਕਰਤਾ ਇਹਨਾਂ ਨੇ ਪੰਬੜ ਭੂਸੇ ਲਾਤਾ ਜੀ ਇਦਾਂ ਸਾਰੇ ਮੇਰੇ ਤਾਂ ਪੈਰਾਂ ਤੋਂ ਕਿਹਦੇ ਕੋਲ ਤੁਹਾਡੇ ਕੋਈ ਜੱਦੀ ਪੁਰਸੀ ਤੁਸੀਂ ਪਾਕਿਸਤਾਨ ਤੋਂ ਨਹੀਂ ਆਏ ਹੋਏ ਉਹ ਕਹਿੰਦੇ ਆ ਨਹੀਂ ਸਰ ਪਾਕਿਸਤਾਨ ਤੋਂ ਨਹੀਂ ਆਏ ਉੱਚੀ ਬੋਲੋ ਕਮਿੰਦਰ ਕੋਲ ਤੁਹਾਡੀ ਆਵਾਜ਼ ਕਿਉਂ ਨੀਵੀਂ ਹੋ ਗਈ ਹੈ ਕਮ ਔਨ ਬੇਬੀ ਉੱਚੀ ਬੋਲੋ ਨਹੀਂ ਸਰ ਪਾਕਿਸਤਾਨ ਤੋਂ ਨਹੀਂ ਜੀ ਆਏ
हां जी पाकिस्तान तो नहीं आए, हो सकता कि बॉर्डर तो आए हो लग गयो। हां जी मेहरबानी। अगली कॉल नंबर 5 कॉलर प्लीज। गुड मॉर्निंग बासी सर, बस एक गल क्लियर करनी थी जी। आंटी जी ने अपने बेटे का रिश्ता अपने भरा दी जो वाइफ है उन्होंने नाल करवाया जी, सारी कंफ्यूज होए पे जी, रिश्ता समझ नहीं लग्या। हां जी कुलविंदर को समझाओ। कुलविंदर कौर ने अपनी मामी दी जड़ी आ कुड़ी आ ਉਹਦੀ ਕੁੜੀ ਦੇ ਨਾਲ ਆਪਣੇ ਮੁੰਡੇ ਦਾ ਰਿਸ਼ਤਾ ਕਰਤਾ, ਆਪਣੇ ਭਾਣਜੇ ਦਾ ਰਿਸ਼ਤਾ ਕਰਤਾ। ਬਣਦਾ ਹੀ ਨਹੀਂ ਇਨ ਦ ਸੈਂਸ। ਇਹ ਆਂਟੀ ਜੀ ਫਿਰ ਉਹ ਕੁੜੀ ਦੇ ਭੂਆ ਨਹੀਂ ਲੱਗੇ ਜੀ? ਭੂਆ ਨਹੀਂ, ਮਾਮਾ ਮਾਸੀ ਲੱਗੀ। ਕਮ ਔਨ ਬੇਬੀ, ਬੱਚੇ ਬੜਾ ਕਨਫਿਊਜ਼ ਹੋਇਆ ਵੀ, ਸਮਝ ਨਹੀਂ ਲੱਗ ਰਿਹਾ ਜੀ। ਕੁਲਵਿੰਦਰ ਕੌਰ ਜੀ ਤੁਸੀਂ ਆਪਣੀ ਜਿਹੜੀ ਹੈ ਸਮਨਪ੍ਰੀਤ ਤੇ ਮਾਸੀ ਲੱਗਦੇ ਹੋ ਨਾ? ਹਾਂਜੀ ਸਰ ਮਾਸੀ ਲੱਗਦੇ। ਹਾਂਜੀ ਇਹ ਵੀ ਮਾਸੀ ਲੱਗਦੀ ਆ, ਤੇ ਸੰਦੀਪ ਦੀ ਜਿਹੜੀ ਸੱਸ ਆ ਉਹ ਵੀ ਮਾਸੀ ਵੀ ਲੱਗਦੀ ਆ, ਸੱਸ ਵੀ ਲੱਗਦੀ ਆ। ਦੂਸਰੀ ਗੱਲ ਬਾਕੀ ਸਾਹਿਬ ਜਿਹੜਾ ਇਹਨਾਂ ਦੀ ਲੜਾਈ ਹੋਈ ਉਹ ਤਾਂ ਵੀ ਹੋ ਸਕਦਾ ਜਿੱਦਾਂ ਕੁੜੀ ਨੇ ਫੋਨ ਕਰਨਾ, ਕਿਉਂਕਿ ਇਹਨਾਂ ਨੇ ਭੇਜਤਾ 20 ਲੱਖ ਲਾਤਾ, ਇਹਨਾਂ ਨੇ ਕੀਲਾ ਭੇਜਤਾ। ਇਹਨਾਂ ਨੇ ਸੋਚਣਾ ਚੱਲ ਮੁੰਡਾ ਦੂਸਰੇ ਸਾਲ ਚੱਲ ਜੂਗਾ ਜਾਂ ਉਸੇ ਸਾਲ ਚੱਲ ਜੂਗਾ 2020 ਚ ਜੀ, ਪਰ ਕਰੋਨਾ ਆ ਗਿਆ ਜੀ। ਕਰੋਨਾ ਕਰਕੇ ਦੂਜੀ ਫੀਸ ਇਹਨਾਂ ਕੋਲ ਨਾ ਦਿੱਤੀ ਗਈ ਹੋਵੇ, ਉਹਨਾਂ ਕਰਕੇ ਕੁੜੀ ਨੇ ਆਪਣੀ ਫੀਸ ਦੀ ਖਾਤਰ ਕੁਛ ਹੋਰ ਕੀਤਾ ਹੋਵੇ, ਆਪਣਾ ਕਿਤੇ ਹੋਰ ਆਪਣਾ ਰਸਤਾ ਦੇਖਿਆ ਹੋਵੇ, ਜਾਂ ਕਿਤੇ ਆਪਣੇ ਜੋ ਉਹਨਾਂ ਨੂੰ ਸਹੀ ਲੱਗਾ ਹੋਵੇ ਉਹ ਕੀਤਾ ਹੋਵੇ, ਇਹਨਾਂ ਨੇ ਫੀਸ ਦੇਣ ਤੋਂ ਇਨਕਾਰ ਕਰ ਦਿੱਤਾ ਹੋਵੇ, ਇਹ ਵੀ ਹੋ ਸਕਦਾ ਨਾ। ਬਾਕੀ ਸਰ ਕੁੜੀ ਆਊਗੀ ਕੱਲ ਨੂੰ, ਜਾਂ ਫਿਰ ਕੁੜੀ ਦੀ ਮਾਂ ਆਊਗੀ, ਔਰ ਜਾਂ ਕੁਲਵਿੰਦਰ ਦੀ ਮਾਂ ਭਾਣਜੀ ਆਊਗੀ, ਜਾਂ ਫਿਰ ਕੁਲਵਿੰਦਰ ਦੀ ਕੁੜਮਣੀ ਕਹੀਏ, ਜਾਂ ਫਿਰ ਕੁਲਵਿੰਦਰ ਦੀ ਭੈਣ ਕਹੀਏ। ਸੋ ਕੁਲਵਿੰਦਰ ਜਿਹੜੀ ਛੱਬੀ ਆ ਉਹ ਤੁਹਾਡੇ ਨਾਲ ਬੋਲਦੀ ਨੀਗੀ? ਨਹੀਂ ਸਰ ਬੋਲਦੀ ਨੀ ਗੀ, ਪਰ ਸਰ ਜਦੋਂ ਰਿਸ਼ਤਾ ਹੋਇਆ ਨਾ ਸਾਰਿਆਂ ਦੀ ਸਹਿਮਤੀ ਨਾਲ ਰਿਸ਼ਤਾ ਹੋਇਆ ਜੀ, ਮੇਰੇ ਮਾਮਾ ਜੀ ਦੀ ਬੇਟੀ ਦੇ ਨਾਲ, ਉਹਨਾਂ ਦੇ ਘਰ ਵਾਲੇ ਦੇ ਨਾਲ, ਸਾਰਿਆਂ ਦੀ ਸਹਿਮਤੀ ਦੇ ਨਾਲ ਚੰਨੀ ਜੀ, ਜੋ ਕਿ ਟਰੱਕ ਸਿਖਾਉਂਦੇ ਨੇ ਅਤੇ 175 ਵਿੱਚ ਏਅਰ ਬ੍ਰੇਕਾਂ ਦਾ ਕੋਰਸ ਸਿਖਾਉਂਦੇ ਨੇ। ਚੰਨੀ ਜੀ ਪੇਲੈਸ ਟਰੱਕ ਡਰਾਈਵਿੰਗ ਸਕੂਲ ਦੇ ਸੀਈਓ ਨੇ, ਨੰਬਰ ਹੈ 4077788 ਫੋਨ ਕਰ ਸਕਦੇ ਹੋ। ਮੇਰੀ ਲਾਈਨ ਤੇ ਪੇਲੈਸ ਤੋਂ ਹੀ ਚੰਨੀ ਜੀ ਨੇ। ਚੰਨੀ ਜੀ ਵੈਲਕਮ, ਕੀ ਕਹਿਣਾ ਚਾਹੁੰਦੇ ਹੋ? ਬਾਸੀ ਸਾਹਿਬ, ਵੈਸੇ ਤਾਂ ਮੁਸਲਮਾਨ ਦੇ ਪਾਪਿਆਂ ਦੇ ਵਿੱਚ ਹੀ ਚੱਲਦਾ ਜੀ ਇਹ ਕੁਛ। ਬਸ ਜਿਹੜੇ ਆਂਟੀ ਜੀ ਨੇ ਇਹਦਾ ਝੂਠ ਬੋਲਦੇ ਆ, ਇਹਨਾਂ ਨੇ ਕੀਤੀ ਆ ਫੇਕ ਮੈਰਿਜ, ਇਹ ਸੱਚ ਨੀ ਦੱਸਦੇ ਪਏ, ਫੇਕ ਮੈਰਿਜ ਕੀਤੀ ਆਪਣੇ ਤਾਂ ਜੱਟਾ ਜੁੱਟਾ ਜੇ ਕੰਮ ਚੱਲਦੇ। ਮੇਰੇ ਕੋਲ ਸਾਰੇ ਪ੍ਰੂਫ ਹੈਗੇ ਆ, ਕੋਈ ਕਾਗਜ਼ੀ ਤੁਸੀਂ ਪ੍ਰੂਫ ਤਾਂ ਤੁਹਾਡੇ ਕੋਲ ਹੈਗੇ ਆ ਜੀ, ਪਰ ਤੁਸੀਂ ਫੇਕ ਕੀਤੀ ਆ, ਤੁਸੀਂ ਮੰਨੋ ਚਾਹੇ ਨਾ ਮੰਨੋ, ਤੁਸੀਂ ਡਰਦੇ ਹੋ, ਦੱਸਣਾ ਨੀ ਚਾਹੁੰਦੇ ਲਬਨਾਨ ਵਿੱਚ ਆ, ਕਮੀਨਾ ਰਿਹਾ ਹੈ ਵਿਆਹ ਕਰਾ ਕੇ, ਉਹਨੂੰ ਪਤਾ ਸੀ ਮਾਰਚ ਵਿੱਚ ਮੇਰੇ ਘਰ ਵਾਲੇ ਚਲ ਜਾਣਾ, ਉਹਨੂੰ 2-3 ਮਹੀਨੇ ਰਹਿ ਲੈਣਾ ਸੀਗਾ, ਜਦ ਪਤਾ ਕਿ ਮੈਂ ਜਾਣਾ ਆ ਤੋ ਆਪਣੀ ਤਾਜੀ ਸ਼ਾਦੀ ਹੋਈ ਆ ਤੋ ਆਪਣੀ ਵਾਈਫ ਨੂੰ ਸੁਣਨਾ ਨੀ ਛੱਡਦਾ ਬੱਚਾ। ਹਾਂਜੀ ਸਰ, ਇਹ ਵੀ ਮੈਂ ਤੁਹਾਨੂੰ ਪ੍ਰੋਬਲਮ ਦੱਸ ਦਿੰਦੀ ਹਾਂ ਕਿ ਬੱਚੇ ਦੇ ਜਿਹੜੇ ਸੀ ਨਾ ਉਧਰ ਦਾ ਵਰਕ ਪਰਮਿਟ ਉਹ ਨਾ ਦਸੰਬਰ ਨੂੰ ਖਤਮ ਹੋ ਜਾਂਦਾ ਸੀ, ਜੇ ਬੱਚਾ ਉੱਥੇ ਰਹਿੰਦਾ ਸੀ ਨਾ 2-3 ਮਹੀਨੇ ਤੇ ਉਹਦਾ ਵਰਕ ਪਰਮਿਟ ਖਤਮ ਹੋ ਜਾਣਾ ਸੀ, ਫਿਰ ਉਹਦੇ ਕੋਲ ਵਾਪਸ ਬੁਲਾਣ ਨਹੀਂ ਸੀ ਜਾਇਆ ਜਾਣਾ। ਆਈ ਨੋ, ਪਰ ਤੁਹਾਡਾ ਬੱਚਾ ਜਿਹੜਾ ਆ ਉਹ ਤਾਂ ਚਲੇ ਗਿਆ ਨਵੰਬਰ ਵਿੱਚ ਹੀ। ਹਾਂਜੀ ਹਾਂਜੀ ਸਰ, ਦਸੰਬਰ ਦੇ ਵਿੱਚ ਕਾਗਜ਼ ਖਤਮ ਹੋ ਜਾਣੇ ਨਾ, ਤਾਂ ਉਹਦੇ ਤੋਂ ਪਹਿਲਾਂ ਇੰਟਰੀ ਕਰਨੀ ਪੈਂਦੀ ਲਬਨਾਨ ਦੇ ਵਿੱਚ ਸਰ। ਅੱਛਾ ਜੀ, ਆਈ ਡੋਟ ਨੋ, ਵਰਕ ਪਰਮਿਟ ਸਾਲ ਦੇ ਠੀਕ ਹੈ ਜੀ, ਮੈਂ ਮੰਨਦਾ ਜੋ ਕਹਿ ਰਹੇ ਹੋ, ਪਰ ਇਹ ਵਨ ਸਾਈਡ ਸਟੋਰੀ ਹੈ। ਨੰਬਰ 3 ਕਾਲਰ ਪਲੀਜ਼। ਸਾਸੀਗਾ ਬਾਸੀ ਸਾਹਿਬ ਜੀ, ਉੱਚੀ ਬੋਲੋ ਸਰ, ਉੱਚੀ ਬੋਲੋ। ਹਾਂਜੀ ਬਾਸੀ ਸਾਹਿਬ, ਮੈਨੂੰ ਤਾਂ ਇਹ ਲੱਗਦਾ ਵੀ ਜੀ ਇਹ ਵਿਆਹ ਤਾਂ ਹੋਇਆ ਡੀਲ ਤੇ, ਹੋ ਸਕਦਾ ਹੁਣ ਕੁੜੀ ਵਾਲੇ ਕਹਿੰਦੇ ਹੋਣਗੇ ਵੀ ਦਫਾ ਕਰੋ, ਹੁਣ ਆਪਾਂ ਕੀ ਲੈਣਾ, ਆਪਾਂ ਗਾਂ ਕੁੜੀ ਦਾ ਵਿਆਹ ਕਿਤੇ ਹੋਰ ਕਰਾਂਗੇ ਪੱਕੀ ਕਰਕੇ ਜੀ, ਹੋਰ ਕਿਤੋਂ ਪੈਸੇ ਲਵਾਂਗੇ। ਤੁਹਾਨੂੰ ਪਤਾ ਜੀ ਦੁਨੀਆਂ ਤੇ ਆਹੀ ਕੁਝ ਚੱਲ ਰਿਹਾ ਨਾ, ਇਹ ਕੁਛ ਕਿਉਂਕਿ ਮੇਰੇ ਨਾਲ ਵੀ ਇੱਦਾਂ ਦਾ ਕੁਛ ਹੋਇਆ ਸੀ ਅੱਜ ਤੋਂ 10 ਸਾਲ ਪਹਿਲੋਂ, ਹੋ ਸਕਦਾ ਉਹ ਕਹਿੰਦੇ ਹੋਣਗੇ ਕਿਤੇ ਹੋਰ ਵਿਆਹ ਕੇ 20-25 ਲੱਖ ਤੋਂ ਹੋਰ, ਕਿਉਂਕਿ ਅੱਜ ਕੱਲ੍ਹ ਵਿਆਹ ਘੱਟ ਹੁੰਦੇ, ਮੁੰਡੇ ਕੁੜੀਆਂ ਦੇ ਸੌਦੇ ਜ਼ਿਆਦਾ ਹੁੰਦੇ ਆ ਜੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਥੈਂਕ ਯੂ ਹਜ਼ੂਰ। ਨੰਬਰ 5-4 ਕਾਲਰ ਪਲੀਜ਼। ਹਾਂਜੀ ਅੰਕਲ ਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ, ਆਂਟੀ ਕਹਿ ਕੇ ਹਟਿਆ ਵੀ ਇਹਨਾਂ ਦਾ ਆਪਸ ਵਿੱਚ ਹੀ ਬਹੁਤ ਗੂੜਾ ਪਿਆਰ ਸੀ, ਉਹ ਤਾਂ ਹੋਣਾ ਹੀ ਆ ਜਦ ਭੈਣ ਭਰਾ ਨੇ। ਆਈ ਸੀ, ਹੁਣ ਪਿਆਰ ਵੀ 2 ਤਰ੍ਹਾਂ ਦਾ ਬੇਟਾ। ਹਾਂਜੀ, ਹਸਬੈਂਡ ਵਾਈਫ ਵਾਲਾ ਪਿਆਰ ਸੀ ਜਾਂ ਭੈਣ ਭਰਾ ਵਾਲਾ ਪਿਆਰ ਸੀ? ਪਿਆਰ ਜਿਹੜਾ ਭਰਾਵਾਂ ਦੇ ਵੀ ਹੁੰਦਾ, ਭੈਣਾਂ ਦੇ ਵੀ ਹੁੰਦਾ ਆ, ਮਾਵਾਂ ਦੀ ਵੀ ਹੁੰਦਾ ਆ, ਤਾਂ ਚਾਚਿਆਂ ਦਾ ਪਿਆਰ ਹੁੰਦਾ, ਬਾਬੇ ਪੋਤਿਆਂ ਦਾ ਵੀ ਹੁੰਦਾ ਆ, ਪੋਤੀ ਦੋਤੀ ਦਾ ਵੀ ਹੁੰਦਾ ਆ, ਪਰ ਇਹ ਇੱਕ ਵੱਖਰਾ ਪਿਆਰ, ਪਿਆਰ ਜਿਹੜਾ ਮਿਕਸ ਹੋ ਗਿਆ। ਹਾਂਜੀ, ਨੰਬਰ 5 ਕਾਲਰ ਪ੍ਰੋਸੀਡ ਕਰੋ ਪਲੀਜ਼।
कुलविंदर कौर बड़े सियाने ने और बड़े सत्कार योग ने लाइन तेन बोलो हां हां जी वासी साहब मैं इन्हों यह कहना चाहना भी इन्हों फिटे मूह फिटे लांत पानी चाहिए यह भैन भैन भाई विआह से यह जहाँ तो जुग जुग च नहीं देखा पंजाब च किसी ने यह मैं लगता पाकिस्तान तो आए हुए ने जी पिछों कितों पाकिस्तान नहीं लगते ने पर फिटे मुंह कहो प्लीज और सत्कार योग ने कुलविंदर भैन सत्कार कादे लई सत्कार योग रह गए जी जिन्हें भैन भाई विआह से जिन्हें आपकी कुड़ी आपके मुंडे सत्कार योग रह गई दसो मैनू कुलविंदर जी बच्चे कितने तो नहीं कि इन्होंने ऑलरेडी पहला प्यार होया सीगा हां जी प्यार दी पहला पिंग झूठ रहे सी सर बेटा फोन करता रहा जे पर साढ़े तो चोरी फोन करता रहा पहला हेलो हाँ जी भाई साहब सत श्री अकाल मैं सरदूर बासी बोलता कैलिफोर्निया चो जी बासी जी थोड़ा की व्यू है बोलो व्यू है जी बहुत शर्म आ रही है कि ना लोगों ने इन्ना लालच बच चुका है जेडे रिश्तेदार हैं भी नहीं बच रहे होने लोग बाहर आने इन्ना लालच इन्हें लालच लिए बया किया है कि जेडे आपे रिश्तेदार तक भी नहीं बच रहे हैं लोग पर इन्होंने साथ दस तक बिल्कुल कॉल नहीं कि बच्चे ना प्यार इन्ना प्यार कैसे हो रहे नहीं रह सकते अच्छा कुलविंदर साथ दस हो कि थोड़ा बेटा कहना सी मैं तो बगैर रह नहीं सकता नहीं सर जो मैं अपने बेटे नु मतलब उन्होंने पक्षों मतलब रिश्ता पूछा ना जिस तरह रिश्ता हो रहा सी साडे नजदीक रिश्तेदारी दे विच उत्थे मेरे मामा जी दी लड़की ने कहा सी कि मैं मतलब दो कपड़िया च बेटी विआह सकनी आ मेरे को पैसा ना नहीं लाउन वास्ते ते ओ अगलिया ने मतलब मुंडियां सोना सब कुछ मंगिया ते मैं लड़की नु कह दिता मैं उन्हूं कहा कि मैं तीन कपड़े भी मैं लै आनी आ ते तू एदां कर रिश्ता मेरे कर दे बेटी दा उन्होंने हां कर दित्ती मैनू हां जी सर पहला फोन करदा सी ओ बेटा ए कुड़ी जेड़ी तुहाडे घर आ जांदी मासी दे घर आ जांदी सी कुड़ी ब्याह तो पहले सर मेरी सिस्टर दे घर आंदी सी मेरे घर बहुत कुड़ी घट आई आ मतलब मैं ना बाहर रही जेले बुलान दे विच रही 14 साल इस करके मेरा ना थोड़ा जिहा उहनां नाल मेल जोल घट सी आई सी ओके नंबर 2 कॉलर जी नंबर 2 कॉलर अजीब स्टोरी आ और बीबी स्टंट हां जी कॉलर और स्वीट महल ते लोहड़ी दे ते हॉर दे ऊपर थोड़ी सी छाजरा है और नहीं तां जे इह कोई बच्चा तां लिया इन्होंने वैसे ਕਹਿੰਦੀ ਕਿ ਲੜਕੀ ਕਹਿੰਦੀ ਕਿ ਇਹ ਨੌਨਸੈਂਸ ਸਟੋਰੀ ਨੂੰ ਬੰਦ ਕਰੋ ਬੇਟਾ ਨੌਨਸੈਂਸ ਸਟੋਰੀ ਨਹੀਂ ਹੈ ਇਹ ਲੋਕਾਂ ਨੂੰ ਅਵੇਅਰ ਕਰਨ ਵਾਲੀ ਬੇਟਾ ਸਟੋਰੀ ਹੈ ਹਾਂਜੀ ਸਿੱਧੂ ਸਾਹਿਬ ਜੀ ਬਿਲਕੁਲ ਜੀ ਸਟੋਰੀ ਬਾਰੇ ਤਾਂ ਚਲੋ ਮੇਰਾ ਕੋਈ ਖਿਆਲ ਨਹੀਂ ਗਾ ਬਟ ਮੈਂ ਇੰਨੀ ਕੁ ਗੱਲ ਜ਼ਰੂਰ ਕਹੂੰਗਾ ਜੀ ਇੱਕ ਦਿਨ ਫਿਊਚਰ ਦੇ ਵਿੱਚ ਇਹੋ ਜਿਹਾ ਆ ਜਾਣਾਗਾ ਕਿ ਜਿੱਦੇ ਕੋਈ ਇਮੀਗ੍ਰੇਸ਼ਨ ਟਾਈਟ ਹੋਗੀ ਜਾਂ ਫਿਰ ਇਹੋ ਜਿਹੀਆਂ ਚੋਰ ਮੋਰੀਆਂ ਕਿਉਂਕਿ ਸਟੂਡੈਂਟ ਵੀਜ਼ਾ ਇੱਕ ਬੜਾ ਹੀ ਸੁਚਾਰੂ ਪਾਸੇ ਨੂੰ ਜਾਣ ਵਾਲਾ ਸੀਗਾ ਅਤੇ ਬੜਾ ਸੋਹਣੀ ਇੱਕ ਆਪਸ਼ਨ ਸੀਗੀ ਜਿਹੜੇ ਕਾਬਿਲ ਅਤੇ ਲਾਇਕ ਸੀਗੇ ਸਹੀ ਫੈਮਿਲੀਆਂ ਸੀ ਸਹੀ ਬੱਚੇ ਸੀਗੇ ਪਰ ਇਹੋ ਜਿਹੀਆਂ ਗਲਤੀਆਂ ਕਾਰਨ ਇੱਕ ਦਿਨ ਨਾ ਫਿਰ ਜਦੋਂ ਬੰਦ ਹੋ ਗਿਆ ਸਾਰਾ ਕੁਛ ਸੌਰੀ ਟੂ ਸੇ ਫਿਰ ਸਾਡੇ ਲੋਕਾਂ ਦੀਆਂ ਅਣਖਾਂ ਜਾਗਣਗੀਆਂ ਵੀ ਯਾਰ ਅਸੀਂ ਤਾਂ ਆਹ ਕਰ ਲਿਆ ਅਸੀਂ ਆਹ ਕਰ ਲਿਆ ਤੇ ਫਿਰ ਜਿਨ੍ਹਾਂ ਦੇ ਆਹ ਕੇਸ ਕੂਸ ਨਹੀਂ ਸਿਰੇ ਲੱਗੇ ਤੇ ਫਿਰ ਇਹ ਇੱਕ ਦੂਜੇ ਨੂੰ ਮਤਲਬ ਕਿ ਮਾਰ ਕਟਾਈ ਵਾਲੇ ਪਾਸੇ ਨੂੰ ਜਾਣਗੇ ਤੇ ਫਿਰ ਉਦੋਂ ਸਾਡਾ ਸਮਾਜ ਕਿੱਧਰ ਜਾਊ ਅੱਜ ਮੌਕਾ ਹਜੇ ਵੀ ਸਮਝੋ ਕਈ ਵਾਰੀ ਬੰਦਾ ਲਾਲਚ ਵੱਸ ਪੈ ਕੇ ਕਿ ਐਂ ਹੋ ਹੀ ਜਾਣਾਗਾ ਤੇ ਵੀ ਆਪਾਂ ਕਰ ਲੈਂਦੇ ਹਾਂਗੇ ਇਕੱਲਾ ਕੈਨੇਡਾ ਆ ਜਾਣਾ ਹੀ ਨਹੀਂ ਵੱਡੀ ਗੱਲ ਹੁੰਦੀ ਬਾਅਦ ਚੋਂ ਫਿਰ ਤੁਹਾਨੂੰ ਆਪਦੀਆਂ ਕੀਤੀਆਂ ਤੇ ਆਪ ਹੀ ਪਛਤਾਵਾ ਹੁੰਦਾ ਅੱਛਾ ਅੱਜ ਤੁਸੀਂ ਵੀਕਐਂਡ ਹੈ ਮੇਰੇ ਕਹਿਣ ਤੇ ਸੁਣੋ ਬੜੇ ਤੇ ਮੇਰੀ ਭੈਣ ਤੇ ਭਰਾ ਇੱਕ ਮਦਰ ਇੰਡੀਆ ਸ਼ੈਂਪੂ ਆ ਇਹ ਰੰਗ ਨਹੀਂ ਹੈ ਪਰ ਇਹ ਤੁਹਾਡੇ ਵਾਲਾਂ ਨੂੰ ਕਾਲੇ ਕਰਨ ਦੋ ਤਰ੍ਹਾਂ ਰੰਗ ਹੈ ਇੱਕ ਬਰਾਊਨ ਅਤੇ ਕਾਲਾ
काला रंग अगर खत्म से काला रंग कल का पहुंचा हुआ लोग त्रा त्रा तीन तीन चार चार ले जा रहे हैं। सो इस स्वीट महल रैक्सल च मोगा मीट शॉप एयरपोर्ट से मोगा मीट शॉप पीटर ऑप्शन से यह रंग अवेलेबल है काला पांच छह मिनट लाओ उस तो बाद ना लाओ महीने में एक बार लाना पैंता तो रंग थोड़ा बिल्कुल थोड़ा नहीं थोड़े वालों का काला हो जाए दाढ़ी का सिर का यह फटाफट फटाफट लैके आओ फटाफट स्वीट महल तो मोगा मीट शॉप तो या फिर वैनकूवर के लोग नरेश शुक्ला को कॉल कर 604-430-6072 से कॉल कर सकते हो। महिंद्रा ज्वेलर याद रखो नाना सीता सी एक हीरो आटे तुम कदे ना भुलो थोड़े सेब कैल ट्रक नंबर जो है सो सब लॉस्ट समवेयर वेयर इज दैट कम ऑन बेबी। सो असी कैल ट्रक की गल करिए नंबर कैल ट्रक का 909-240-9972-72 से रंधावा ब्रदर कॉल करो जो कि रीफर यूनिट अते ट्रेलर अते ट्रक तुम बड़े सस्ते बेचते हैं कैल ट्रक एंड लीजिंग लीज भी कर सकते हो अते खरीद भी सकते हो। भुपिंदर गरेवाल का नंबर नोट कर लो जे थानू मॉर्गेज नहीं मिल रही तो भुपिंदर गरेवाल एक दिन के विच विच थानू 10% देना बाकी दी मॉर्गेज करके बैंक तो बैंकों तो प्राइवेट नहीं 2% ब्याज दर कटते थानू भुपिंदर गरेवाल मॉर्गेज लैके देंगे ने ग्रंटड कॉल करो भुपिंदर गरेवाल 647-8669-05 नंबर 3 कॉलर प्लीज। हेलो बात साहब औजला बोल रहा जी वैनकूवर तो औजला साहब आप जी जी हैं सर गो अहेड प्रोसीड करो। बासी साहब मैं तो हैरान हाँ जी स्टोरी सुन के जी मेरी तो कह रहा भी बॉडी सुन हो गई है मैं तो हॉस्पिटल जाना पैना बस। ओह डियर ਤੁਸੀਂ ਹਸਪੀਟਲ ਜਾਓ ਸਾਡੇ ਪਾਸ ਹੋਮ ਕੇਅਰ ਵਾਲੇ ਨੇ ਮੈਂ ਤੁਹਾਡੇ ਉਹ ਘਰ ਭੇਜ ਦਿੰਦਾ। ਬਸ ਸਾਹਿਬ ਮੈਨੂੰ ਤੁਹਾਡਾ ਵੀ ਫਿਕਰ ਹੈ ਜੀ ਤੁਹਾਡਾ ਦਿਮਾਗ ਕਾਹਤੋਂ ਲੋਕੀ ਖਰਾਬ ਕਰਦੇ ਸਟ੍ਰੈਸ ਕਿੰਨੀ ਦਿੰਦੇ ਆ ਦੇਖੋ ਆਈ ਨੋ ਕਈ ਵਾਰੀ ਮੈਂ ਸਟ੍ਰੈਸ ਲੈਂਦਾ ਵੀ ਹਾਂ ਤੇ ਕਈ ਵਾਰੀ ਸਟ੍ਰੈਸ ਮੈਨੂੰ ਦਿੰਦੇ ਵੀ ਸੋ ਬਟ ਕੈਨ ਡੂ ਦੱਸ ਮੈਂ ਰੇਡੀਓ ਕਰਾਂ ਕੀ ਮੈਨੂੰ ਸਮਝ ਨਹੀਂ ਆ ਰਹੀ ਕਿ ਕੁਲਵਿੰਦਰ ਕੌਰ ਨੂੰ ਮੈਂ ਕਿਹਾ ਵੀ ਹੈ ਪੁੱਛਿਆ ਵੀ ਹੈ ਕੁਲਵਿੰਦਰ ਕੌਰ ਨੇ ਇੱਕ ਗੱਲ ਤੇ ਮੈਂ ਦੀਦ ਕਰਦਾ ਕੁਲਵਿੰਦਰ ਕੌਰ ਜੀ ਦੀ ਇਹ ਸੱਚ ਬੋਲ ਰਹੀ ਲੇਡੀ ਸ਼ੀ ਟੈਲਿੰਗ ਟਰੂਥ अपनी भैन की कुड़ी ले आंदी आ भाणजी ना मुंडे दा ब्याह करता लोकां ने कहा नहीं तुहानू किसी ने नहीं कहा किसी ने मतलब जिन्हें भी कहा यो ही कहा कि मतरिया प्यो सी चलो कुड़ी दा देखो मदर इज श्योर फादर इज डाउट इंग्लिश कहते ने तुम जानते हो यू नो वेरी वेल इंग्लिश मदर श्योर फादर इज डाउट पर डाउट है मदर है समनप्रीत जो आई ब्याह मासी कहती मम्मी कहती नहीं जो मतलब पहला ही मंगनी दो महीने हुई ही उदो ही मम्मी कह लग पी पहला मासी कहती अच्छा ओके मतलब कि दाल ही सारी काली है मतलब कि मुंडा कुड़ी पहले ही आपस में प्यार दिया पिंगा दे हलारे ले रहे थे। हां जी सर जब दो महीने मंगे रहे आपस में लड़की ते लड़का पूरी गल कर दे रहे पूरे मतलब खुश ही नहीं मंगण तो पहले ही था तुसी कहंदे जान दे सक दूजे नु हां जी पहले मंगण तो पहला लड़का फोन करदा रहा केड़ी गल हुंदी रही ओ मैनू नहीं पता पर फोन जरूर बेटा करदा रहा तुहानू शक सी कि मुंडा ते कुड़ी मेरी भाणजी ते मेरा मुंडा कोई गलत गल कर रहे है टेल मी ट्रू झूठ ना बोलियो नहीं सर मैनू नहीं कोई शक मैं नहीं तुहानू कहवा शक नहीं पर जदों मैं उन्हां को रिश्ता मंगया ना उन्होंने पहली बार ही मैनू रिश्ता दे नहीं आई पता जदों पहला गल कर रहे सी साल पहला गल कर देंदे सी आपस विच ही लड़की आई जरूर आ पर एक दो वारी मतलब पिंड जो मतलब मैं दीदी को आंदे होंदे सी उन्हां को रहिंदे होंदे सी चार पांच पांच दिन फिर जो उन्होंने वापस जाना अपने पिंड उदो मेरे को होके जाना रात नहीं रहे कदी तो मुंडा तुहाडे को हुंदा सीगा बेटा जेड़ा मेरा वो बाहर सी जो मेरा बेटा छोटा ही ना मतलब कोई 15 साल का उदो अपना बेटा मैं अपने मतलब पेके कोटला बामा जो मैं दसिया छड़िया होया साल मेरा बेटा उत्ते रहा लड़की भी उत्ते
दिलचस्पी ऑलरेडी मतलब लड़के ते 15 साल दी उम्र तो ही सी ते लड़का भी के नानकी ही सारा कुछ काला वाला हो गया ਕਲਵਿੰਦਰ ਆਈ ਡੋਂਟ ਨੋ ਵਾਈ ਯੂ ਲਾਫਿੰਗ ਮਾਸੀ ਸਾਹਿਬ ਜੀ, ਕੁੜੀ ਬਹੁਤ ਹੀ ਸਿਆਣੀ ਸੀ, ਆਪਾਂ ਕੁੜੀ ਨੂੰ ਸਲੂਟ ਕਰਦਾ ਮੈਂ ਵੀ, ਉਹਨੇ ਨਸਲ ਖਰਾਬ ਹੋਣ ਬਚਾ ਲਈ ਕਿਉਂਕਿ ਉਹਨੇ ਜਵਾਬ ਦੇ ਤਾਂ ਬੱਚਾ ਨਹੀਂ ਹੋਇਆ ਇਹਨਾਂ ਦੇ, ਤੇ ਆਂਟੀ ਨੂੰ ਤਾਂ ਲੱਖ ਦੀ ਲਾਹਣਤ ਆ ਜੀ। ਮਤਲਬ ਇਹਨਾਂ ਨੇ ਤਾਂ, ਇਹਨਾਂ ਦਾ ਜਿਹੜਾ ਕੁੜੀ ਵਾਲਾ ਟੱਬਰ ਉਹਨੂੰ ਵੀ, ਤੇ ਇਹਨਾਂ ਨੂੰ ਵੀ, ਜਵਾਕਾਂ ਦਾ ਠੀਕ ਆ ਜੀ, ਜਵਾਕ ਛੋਟੇ ਹੁੰਦੇ ਨਹੀਂ ਪਤਾ ਹੁੰਦਾ, ਪਰ ਇਹ ਤਾਂ ਸਿਆਣੇ ਸੀਗੇ, ਇਹ ਤਾਂ ਹੁਣ ਇਹਨਾਂ ਦੀ 40-42 ਸਾਲ ਦੀ ਉਮਰ, ਇਹਨਾਂ ਦੀ ਅਕਲ ਕਿੱਥੇ ਸੀਗੀ। ਜਵਾਕਾਂ ਦਾ ਚਲੋ ਠੀਕ, ਆਪਾਂ ਕਹਿੰਦੇ ਨਿਆਣੇ ਆ, ਲਵ ਯੂ ਹੋ ਗਿਆ, 100 ਗੱਲਬਾਤ ਆ ਜੀ, ਪਰ ਇਹਨਾਂ ਨੂੰ ਰੱਖ ਦੀ ਲਾਹਣਤ ਆ ਜੀ, ਇਹਨਾਂ ਨੇ ਕੁੜੀ ਵਾਲਿਆਂ ਨੇ ਤੇ ਮੁੰਡੇ ਵਾਲਿਆਂ ਨੇ ਦੋਨੇ ਪਰਿਵਾਰ ਇਹ ਮਤਲਬ ਲਾਹਣਤਾਂ ਦੇ ਯੋਗ ਹੀ ਆ ਜੀ, ਬਸ ਇੰਨਾ ਹੀ ਕਹਿਣਾ ਸੀਗਾ। ਧੰਨਵਾਦ। ਅੱਛਾ ਕੁਲਵਿੰਦਰ, ਤੇ ਤੁਹਾਡੀ ਜਿਹੜੀ 26 ਭੈਣ ਆ, ਉਹਨੂੰ ਪਤਾ ਸੀਗਾ ਕਿ ਮੁੰਡਾ ਕੁੜੀ ਆਪਸ ਵਿੱਚ ਹੀ ਇਹਨਾਂ ਦਾ ਕੁਝ ਗੈਟਮੈਟ ਹੋ ਰਹੀ ਆ ਇਹ? ਨਹੀਂ ਸਰ, ਕੋਈ ਭੈਣ ਕਰੀ ਸੀ ਬਈ ਤੁਹਾਨੂੰ? ਜੀ ਨੰਬਰ 5 ਕਾਲਰ ਪੀਸ ਪ੍ਰੋਸੀਡ ਕਰੋ। ਨੰਬਰ 5 ਕਾਲਰ ਜੀ, ਜੀ ਜੀ ਬੋਲ, ਪਿੱਛੇ ਆਵਾਜ਼ ਨੂੰ ਸ਼ਟ ਡਾਊਨ ਕਰ ਦਾ ਪਲੀਜ਼। ਹਾਂਜੀ ਜੀ, ਬਸ ਜੀ ਸਾਹਿਬ, ਮੈਂ ਨਾਸਰ ਚੀਮਾ ਬੋਲ ਰਿਹਾ ਜੀ, ਬੋਲੀਏ ਆਪ। ਹਾਂਜੀ, ਮੈਂ ਪਾਕਿਸਤਾਨ ਪੰਜਾਬ ਤੋਂ, ਮੈਂ ਇੱਕ ਤੇ ਗੱਲ ਕਰਨੀ ਹੈ ਕਿ ਮੈਂ ਤੁਹਾਡਾ ਸ਼ੋਅ ਵੇਖਣਾ ਪਿਆ, ਜਿਹੜਾ ਦੋ ਕਾਲਰ ਤੁਹਾਡੇ ਆ ਕੇ ਤੇ ਉਹਨਾਂ ਜਿਹੜੀ ਇਹ ਗੱਲ ਕੀਤੀ ਹੈ ਕਿ ਜੀ ਪਾਕਿਸਤਾਨ ਦੇ ਵਿੱਚ ਆਪਣੇ ਮਤਲਬ ਭੈਣਾਂ ਨਾਲ ਰਿਸ਼ਤੇ ਕਰ ਲੈਂਦੇ ਨੇ, ਬੜੀ ਉਹਨਾਂ ਗਲਤ ਗੱਲ ਕੀਤੀ ਹੈ। ਸੌਰੀ ਫਾਰ ਦੈਟ, ਮਾਫ ਕਰ, ਇਹਨਾਂ ਨੂੰ ਡੱਕੋ। ਦੂਜਾ ਇਹ ਕਿ ਜਿਹੜੇ ਵੀ ਇਹ ਲੋਕ ਉੱਤੇ ਆ ਰਹੇ ਨੇ, ਇਹ ਆਪਣੇ ਮਤਲਬ ਪੂਰੇ ਜਿਹੜਾ ਸਾਡਾ ਇੰਨੇ ਜਿਹੜੇ ਪੰਜਾਬੀ ਇੰਨੇ ਦਲੇਰ ਲੋਕ ਨੇ, ਉਹਨਾਂ ਆਪਣੇ ਆਪ ਨੂੰ, ਆਪਣੀ ਫੈਮਲੀਆਂ ਨੂੰ ਕਿਆ ਖਰਾਬ ਕਰਦੇ ਨੇ। ਕੱਲ੍ਹ ਉਹਨਾਂ ਦੇ ਬੱਚੇ ਕਿੱਥੇ ਮੂੰਹ ਮਹਾਣਗੇ ਕਿ ਕਿਸ ਤਰ੍ਹਾਂ ਕਰਕੇ ਇਹਨਾਂ ਸ਼ਾਦੀਆਂ ਕੀਤੀਆਂ? ਨਹੀਂ, ਉਹਨਾਂ ਨੇ ਕਹਿਣ ਦਾ ਭਾਵ ਸੀ ਕਿ ਸਾਡੇ ਜਿਹੜੇ ਕਮਿਊਨਿਟੀ ਹੈ, ਸਾਡੇ ਪਾਕਿਸਤਾਨ ਦੀ ਕੋਈ ਕਮਿਊਨਿਟੀ ਹੈ ਜਿਹੜੀ ਕਿ ਆਪਣੇ ਰਿਸ਼ਤੇ ਦੇ ਵਿੱਚ ਰਿਸ਼ਤਾ ਕਰ ਲੈਂਦੀ, ਕੋਈ ਮਾੜੀ ਗੱਲ ਨਹੀਂ, ਉਹ ਗੱਲ ਸੀਗੀ। ਔਰ ਜੇ ਤੁਸੀਂ ਫੀਲ ਕੀਤਾ, ਮੈਂ ਉਹ ਲਈ ਮਿੱਕੇ ਮਾਰੀ ਜਾਂਚਣਾ ਚਾਹੁੰਦਾ ਕਿਉਂਕਿ ਜਿਹੜੀ ਤੁਹਾਡੀ ਕਮਿਊਨਿਟੀ ਹੈ ਬੜੀ ਮੇਰੀ ਸਤਿਕਾਰਯੋਗ ਹੈ ਜੀ। ਲੇਕਿਨ ਦੇਖੋ, ਗੱਲ ਇਹ ਕਿ ਹਰ ਇੱਕ ਦਾ ਆਪਣਾ ਮਜ਼ਹਬ ਹੈ ਨਾ, ਸਾਨੂੰ ਤਾਂ ਨਾ ਵਿੱਚ ਲਿਆ ਹੁਣ, ਇਹ ਅਸੀਂ ਤੇ ਆਪਣਾ ਮਜ਼ਹਬ ਪੂਰਾ, ਹਰ ਚੀਜ਼ ਜਿਹੜੀ ਸਾਡੇ ਇੱਕ ਪ੍ਰੋਪਰ ਮਜ਼ਹਬ ਹੈ, ਅਸੀਂ ਇਹਨਾਂ ਨੂੰ ਨਹੀਂ ਕੁਛ ਆਖਣਾ ਚਾਹੁੰਦੇ। ਲੇਕਿਨ ਸਾਨੂੰ ਤਕਲੀਫ ਮੈਨੂੰ ਇਹ ਵੇ ਕਿ ਇਹ ਆਪਣੀਆਂ ਸਟੋਰੀਆਂ ਇੱਧਰ ਨਾ ਲੈ ਤੇ ਆਪਣੇ ਆਪ ਨੂੰ ਬਿਸਤ ਕਰਾਉਣ। ਥੈਂਕ ਯੂ ਸੋ ਮਚ ਜੀ। ਮੈਂ ਇੱਕ ਨੰਬਰ 4 ਕਾਲ ਲਵਾਂਗਾ। ਕਮਲਜੀਤ ਬਹਿਸ ਲਾਈਨ ਤੇ ਹੋ? ਲਾਈਨ ਕੱਟ ਗਏ ਨੇ। ਹਾਂਜੀ, ਔਰ ਨੰਬਰ 2 ਕਾਲਰ, ਹੈਲੋ ਜੀ, ਬੋਲੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਕਹਿਣਾ ਸੀ, ਤੁਸੀਂ ਕਹਿੰਦੇ ਓ ਮਾਈ ਗੋਡ, ਬਟ ਗੋਡ ਵਿਚਾਰਾ ਕੀ ਕਰੇ ਇਹ ਗੱਲ ਚ? ਆਈ ਨੋ, ਫਿਰ ਮੈਂ ਦੱਸੋ ਹੋਰ ਮੈਂ ਕੀ ਕਹਾਂ। ਨਾਲੇ ਭਾਜੀ, ਕਿਸੇ ਨੂੰ ਕੋਈ ਅਫੈਂਸ ਨਹੀਂ, ਬਟ ਜਿਹੜੇ ਕਲਚਰ ਇਹ ਕੰਮ ਕਰਦੇ ਆ, ਜਦੋਂ ਇਹ ਸਾਇੰਟਿਫਿਕਲੀ ਭਾਜੀ ਪ੍ਰੂਵਨ ਆ, ਉਹਨਾਂ ਦੇ ਫਿਰ ਗਾਂ ਜਦੋਂ ਨਿਆਣੇ ਹੁੰਦੇ ਆ, ਕਈ ਵਾਰੀ ਬਹੁਤ ਜ਼ਿਆਦਾ ਜਨੈਰਿਕ ਡੀਫੈਕਟ ਹੁੰਦਾ ਆ, ਤਾਂ ਉਹ ਇੰਡੀਆ ਚ ਲੋਕ ਸਿਆਣੇ ਸੀ, ਉਹ ਜਿੱਦਾਂ ਪਿੰਡ ਚ ਵੀ ਨਹੀਂ ਸੀ ਵਿਆਹ ਕਰਦੇ, ਰਾਈਟ? ਬਟ ਇਹ ਸਾਇੰਟਿਫਿਕ ਭਾਜੀ ਫੈਕਟ ਹੈ, ਕੋਈ ਕਲਚਰ ਇਹ ਕੋਈ ਡਿਨਾਈ ਨਹੀਂ ਕਰ ਸਕਦਾ। ਹੁਣ ਕਹਿ ਲਓ ਨਾ ਨਾ ਲਈਏ, ਬਸ ਇੱਕ ਕਲਚਰ ਕਈ ਹੈਗੇ ਕਲਚਰ ਦੁਨੀਆ ਚ ਜਿਹੜੇ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸੋ ਸਟੋਰੀ ਨੂੰ ਅਸੀਂ ਇੱਥੇ ਹੀ ਬੰਦ ਕਰਦੇ ਹਾਂ ਕਿਉਂਕਿ ਇਹ ਸਟੋਰੀ ਜਿਹੜੀ ਹੈ ਸਹੀ ਨਹੀਂ ਲੱਗਦੀ, ਮੈਂ ਇਸ ਨੂੰ ਪ੍ਰੋਸੀਡ ਨਹੀਂ ਕਰ ਸਕਦਾ।
ਜੀ ਬਿਲਕੁਲ ਜੀ ਕਿਉਂਕਿ ਰਿਸ਼ਤਿਆਂ ਦਾ ਬੜਾ ਜ਼ਿਆਦਾ ਹੀ ਕਾਲਾ ਮਾਲਾ ਹੋਇਆ ਪਿਆ ਟੂ ਮੱਚ ਰਿਸ਼ਤਿਆਂ ਦੇ ਵਿੱਚ ਇਹ ਰੱਖੀਏ ਬਹੁਤ ਸਾਰਾ ਉਲਝਣ ਹੋ ਗਈ ਹੈ ਮੈਂ ਬਹੁਤ ਕਨਫਿਊਜ਼ ਹਾਂ ਆਈ ਅੰਡਰ ਸਟ੍ਰੈਸ ਕਿਉਂਕਿ ਭੈਣ ਜੀ ਸਾਰਾ ਕੁਝ ਕਬੂਲ ਵੀ ਰਹੇ ਨੇ ਤੇ ਫਿਰ ਵੀ ਮਲਗੇ ਹੱਸ ਰਹੇ ਨੇ ਕੋਈ ਚੰਗਾ ਨਹੀਂ ਲੱਗਦਾ ਜੀ ਇੱਦਾਂ ਸਮਾਜ ਦਾ ਥੋੜਾ ਜਿਹਾ ਕਦਰਾਂ ਕੀਮਤਾਂ ਜਾਂ ਰਿਸ਼ਤਿਆਂ ਦੀ ਕਦਰ ਕਰੋ ਐਡਾ ਵੀ ਨਹੀਂ ਕਿਸੇ ਦਾ ਵੀ ਨਹੀਂ ਕੋਈ ਮਾੜੇ ਤੋਂ ਮਾੜਾ ਬੰਦਾ ਹੁੰਦਾ ਉਹਨੂੰ ਵੀ ਕੋਈ ਸੱਤ ਬਗਾਨੇ ਚੋਂ ਰਿਸ਼ਤਾ ਲੱਭ ਜਾਂਦਾ ਸੋ ਪਲੀਜ਼ ਇਹੋ ਜਿਹੀਆਂ ਗੱਲਾਂ ਨੂੰ ਅਵੋਇਡ ਕਰੋ ਸੋ ਅਸੀਂ ਇਹ ਸਟੋਰੀ ਇੱਥੇ ਹੀ ਬੰਦ ਕਰਦੇ ਹਾਂ ਜੀ ਸੋ ਅਸੀਂ ਨਹੀਂ ਇਹਨੂੰ ਅੱਗੇ ਪ੍ਰੋਸੀਡ ਕਰ ਸਕਦੇ ਬਟ ਅਸੀਂ ਜਿਹੜੀ ਸੱਬੀ ਭੈਣ ਇਹਨਾਂ ਨੇ ਛੱਬੀ ਹੈ ਜੀ ਤਾਂ ਸਮਨਪ੍ਰੀਤ ਕੌਰ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਉਹ ਉਹਨਾਂ ਦਾ ਪੱਖ ਵੀ ਲੈਣਾ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਸਮਨਪ੍ਰੀਤ ਕੌਰ ਇੱਕ ਸਤਿਕਾਰਯੋਗ ਧੀ ਹੈ ਅਤੇ ਛੱਬੀ ਇਹਨਾਂ ਦੀ ਭੈਣ ਸਾਡੇ ਲਈ ਵੀ ਸਤਿਕਾਰਯੋਗ ਹੈ ਕੁਲਵਿੰਦਰ ਮੈਂ ਇਸ ਸਟੋਰੀ ਨੂੰ ਇੱਥੇ ਜਿਹੜਾ ਮੈਂ ਬੰਦ ਕਰ ਰਿਹਾ ਕਿਉਂਕਿ ਇਹਦੇ ਵਿੱਚ ਤੁਸੀਂ ਇੰਨਾ ਇਮੋਸ਼ਨਲ ਨਹੀਂ ਹੋ ਰਹੇ ਮੈਨੂੰ ਸਮਝ ਨਹੀਂ ਆ ਰਹੀ ਕਿ ਸਮਥਿੰਗ ਰੋਂਗ ਹੈ ਕਿ ਲੋਕ ਜਿਹੜੇ ਨੇ ਉਹ ਕਾਫੀ ਅਪਸੈਟ ਨੇ ਕਿ ਰਿਸ਼ਤਾ ਜਿਹੜਾ ਤੁਸੀਂ ਕੀਤਾ ਠੀਕ ਨਹੀਂ ਕੀਤਾ ਇੱਕ ਆਈ ਅੰਡਰਸਟੈਂਡ ਯੂਰ ਫੀਲਿੰਗ ਬਟ ਦੂਜੇ ਪਾਸੇ ਅਸੀਂ ਆਪਣੇ ਸਮਾਜ ਦੀ ਕਦਰਾਂ ਕੀਮਤਾਂ ਨੂੰ ਮੁੱਖ ਰੱਖਦੇ ਹੋਏ ਹਾਂ ਇਸ ਸਟੋਰੀ ਨੂੰ ਆਈ ਹੈਵ ਟੂ ਸ਼ਟ ਡਾਊਨ ਥੈਂਕ ਯੂ ਵੈਰੀ ਮੱਚ ਜੀ ਬਿਲਕੁਲ ਜੀ ਕਿਉਂਕਿ ਇਹ ਤਾਂ ਜਾਣ ਬੁੱਝ ਕੇ ਵਾਲੀਆਂ ਗੱਲਾਂ ਹੋ ਜਾਂਦੀਆਂ ਜਿਸ ਤਰ੍ਹਾਂ ਜਾਣਦੇ ਹੋਏ ਕੀਤਾ ਸੀ ਜਿਹਨੂੰ ਪਹਿਲਾਂ ਨਹੀਂ ਪਤਾ ਕਿ ਭੈਣ ਭਰਾ ਨੂੰ ਆਪਾਂ ਫਿਰ ਇਹਦਾ ਮਤਲਬ ਫਿਰ ਰੱਖਣੀ ਵੀ ਸਾਂਝੀ ਹੋਣੀ ਆ ਤੇ ਲਾਵਾਂ ਵੀ ਸਾਂਝੀਆਂ ਜੀ ਚੰਗਾ ਨਹੀਂ ਲੱਗਦਾ ਭੈਣਾਂ ਹੁੰਦੀਆਂ ਨੇ ਔਰ ਉਹਨਾਂ ਨੇ ਰਿਸ਼ਤਾ ਕੀਤਾ ਹੁੰਦਾ ਕਮ ਔਨ ਕੁਲਵਿੰਦਰ ਕਮ ਔਨ ਬੇਬੀ ਵਾਈ ਯੂ ਡੂ ਦਿਸ ਫਸਟ ਆਫ ਆਲ ਤੁਸੀਂ ਮਾਸੀ ਹੋ ਦੂਜੇ ਪਾਸੇ ਤੁਸੀਂ ਆਪਣੀ ਸੱਸ ਬਣਦੇ ਹੋ ਇਹ ਕੀ ਚੱਕਰ ਕੀ ਹੈ ਜੀ ਬਿਲਕੁਲ ਜੀ ਪਰ ਅਸੀਂ ਤਾਂ ਇੱਕ ਜ਼ਰੂਰ ਗੁਜ਼ਾਰਿਸ਼ ਕਰਾਂਗੇ ਆਈ ਨੀਡ ਐਂਬੂਲੈਂਸ ਟੂ ਗੋ ਟੂ ਹਸਪੀਟਲ ਬਿਕੋਜ਼ ਆਈ ਐਮ ਸੋ ਡਿਸਟਰਬ ਜੀ ਬਿਲਕੁਲ ਗੁਜ਼ਾਰਿਸ਼ ਕਰਾਂਗੇ ਜੀ ਦੁਆ ਕਰੋ ਇਹੋ ਜੀ ਸਿੱਖ ਮੈਂਟੈਲਿਟੀ ਦੇ ਜਿਹੜੇ ਸਮਾਜ ਦੇ ਵਿੱਚ ਆਪਣੇ ਲੋਕ ਨੇ ਕਿ ਐਡੀਆਂ ਵੱਡੀਆਂ ਗਲਤੀਆਂ ਵੀ ਨਾ ਕਰ ਜਾਣ ਉਹਨਾਂ ਨੂੰ ਥੋੜਾ ਜਿਹਾ ਜੀ ਸਮਝਣ ਦੀ ਲੋੜ ਹੈ ਤੇ ਕੁਝ ਬਰਥਡੇ ਸੰਦੇਸ਼ ਸਾਡੇ ਕੋਲ ਆਏ ਸੀ ਜਾਂ ਲੋੜੀ ਨਹੀਂ ਹੋਗੀ ਥੈਂਕਸ ਕੋ ਲੋੜੀ ਨਹੀਂ ਹੋਗੀ ਕਿਤੇ ਹਾਂਜੀ ਸੋ ਆਓ